अगर आपने हमारे चैनल को सब्सक्राइब नहीं किया है तो इसे सब्सक्राइब कर लें। कोरोना वायरस के भय के बीच सरकार द्वारा लगाए गए कर्फ्यू में लोगों की परेशानियां कम करने के लिए गिद्धवाहा प्रशासन द्वारा लोगों के घरों तक सब्जी व गैस सिलेंडर पहुंचाने के प्रयास किए जा रहे हैं और साथ में यह भी यकीनी बनाया जा रहा है कि कोई भी व्यक्ति उपभोक्ताओं की किसी भी प्रकार से लूट न कर पाए, लेकिन कुछ सब्जी विक्रेताओं द्वारा प्रशासन द्वारा तय किए गए रेट से अधिक रेट पर सब्जी बेचने का मामला सामने आया है। संबंधी मंडी सुपरवाइजर बलजीत सिंह ने बताया कि सब्जी ग्राहकों द्वारा बयान दर्ज करवाए गए हैं और जिस टेम्पो का यह व्यक्ति नंबर बता रहे हैं वह 26 मार्च को सब्जी बेचने के लिए निकला था। उन्होंने बताया कि थोक मंडी से टेम्पो निकलते समय उन्होंने रेट लिस्ट को टेम्पो के शीशे पर चिपका करवाया था, परंतु अब इन लोगों की शिकायत प्राप्त हुई जिसे सचिव मार्केट कमेटी को अगली कार्रवाई के लिए भेज दिया गया है। ਅੱਛਾ ਕੀ ਦੱਸਣਾ ਤੁਹਾਨੂੰ ਦੱਸੋ ਇੱਥੇ ਸਬਜ਼ੀ ਵਾਲੇ ਆਏ ਸੀ 40 ਰੁਪਏ ਸਾਨੂੰ ਗੰਢੇ ਲਾਏ 35 ਰੁਪਏ ਮਟਰ ਲਾਏ 30 ਰੁਪਏ ਆਲੂ ਅਤੇ ਅਸੀਂ ਮੈਂ ਇੱਥੋਂ ਜਾ ਉੱਥੋਂ ਲੈ ਕੇ ਮੈਂਬਰ ਸਾਹਿਬ ਨੂੰ ਇਤਲਾਹ ਕੀਤੀ ਮੈਂਬਰ ਸਾਹਿਬ ਨੂੰ ਦੱਸ ਕਿਹਾ ਮੈਂ ਕਿਹਾ ਸਾਡੇ ਨਾਲ ਆਦਤ ਹੋਈ ਜਾਂਦਾ ਤਹਿਸੀਲਦਾਰ ਨੂੰ ਮੈਂ ਫੋਨ ਕਰਿਆ ਤਹਿਸੀਲਦਾਰ ਮੈਨੂੰ ਤਾਂ ਹਜੇ ਤੇਰੀ ਪਹਿਲੀ ਸ਼ਿਕਾਇਤ ਆ ਫਿਰ ਮੈਂ ਬਾਈ ਜੀ ਤੜਕੇ ਮੁਲਾਜ਼ਮ ਆਏ ਬਾਈ ਜੀ ਨੂੰ ਆਖਿਆ ਬਾਈ ਜੀ ਨੇ ਸਾਰੇ ਕਿਤੇ ਫੋਨ ਕੀਤੇ ਪੁਲਿਸ ਮੁਲਾਜ਼ਮਾਂ ਨੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਮਹਿੰਗਾ ਕਿਉਂ ਲਾ ਰਹੇ ਹੋ ਰਾਸ਼ਨ ਉਹ ਕਹਿੰਦੇ ਤੁਸੀਂ ਲੈ ਲਓ ਜੇ ਮਿਲਦਾ ਤੁਹਾਨੂੰ ਦੇਈ ਜਾਂਦੇ ਕੌਣ ਸੀ ਦੇਣ ਵਾਲਾ ਉਹ ਦੇਣ ਵਾਲੇ ਗੱਡੀ ਨੰਬਰ 8686 ਹੈ ਜੀ ਗੱਡੀ ਤੋਂ ਹੀ ਹਾਂ ਬਲੈਰੋ ਗੱਡੀ ਹੈ ਜੀ ਗੱਡੀ ਦੇ ਉੱਤੇ ਕੋਈ ਰੇਟ ਲਿਸਟ ਵਗੈਰਾ ਡਿਸਪਲੇ ਹੋਈ ਵੀ ਸੀ ਨਹੀਂ ਜੀ ਕੁਝ ਨਹੀਂ ਜੀ ਉਹਦੇ ਤੇ ਹੈ ਨਹੀਂ ਸੀ ਹਾਂ ਹਾਂ ਜੀ ਹੁਣ ਕੀ ਮੰਗ ਕੀ ਕਰਦੇ ਅਸੀਂ ਤਾਂ ਆਏ ਜੀ ਉਹ ਸਾਨੂੰ ਜਾਇਜ਼ ਜਿਹੜਾ ਸਮਾਨ ਆਏ ਤਾਂ ਇਹਦਾ ਧੱਕਾ ਹੋ ਜਾਂਦਾ ਸਾਡੇ ਨਾਲ ਇੱਕ ਤਾਂ ਅਸੀਂ ਉਹ ਅੰਦਰ ਚੜੇ ਪਏ ਅਸੀਂ ਤਾਂ ਗਰੀਬ ਬੰਦੇ ਦਿਹਾੜੀਦਾਰ ਇੱਕ ਤਾਂ ਅੰਦਰ ਚੜੇ ਹੋਏ ਇੱਕ ਸਾਡੇ ਕੋਲ ਫਾਈਲ ਲੁੱਟਣ ਗਏ ਤਾਂ ਸਾਨੂੰ ਸਾਡੇ ਕੋਲੇ ਕੀ ਹੈ ਰਾਜਿੰਦਰ ਜੀ ਹਾਂਜੀ 35 ਰੁਪਏ ਕਿਲੋ ਮਟਰ ਲਾਏ ਜੀ 40 ਰੁਪਏ ਕਿਲੋ ਗੰਢੇ 100 ਰੁਪਏ ਕਿਲੋ ਗੋਭੀ ਕਹਿੰਦੇ ਸੀਗੇ ਤੇ ਬਸ ਇੰਨੀ ਸਬਜ਼ੀ ਮਹਿੰਗੀ ਲਾ ਕੇ ਗਏ ਜੀ ਸਾਨੂੰ ਤੁਸੀਂ ਕਿਹਾ ਨਹੀਂ ਜੀ ਮਹਿੰਗੀ ਕਿਉਂ ਅਸੀਂ ਕਿਹਾ ਸੀ ਜੀ ਕਹਿੰਦੇ ਚੋਰ ਨਾਲ ਵੇਚ ਕੇ ਬਸ ਤਾਂ ਮਹਿੰਗਾਈ ਹੋ ਰਹੀ ਹੈ ਕਿ ਕਹਿੰਦੇ ਤੇ ਬਸ ਹੋਰ ਉਹਨਾਂ ਨੇ ਕੁਛ ਨਹੀਂ ਕਿਹਾ ਕਹਿੰਦਾ ਤਾਂ ਲੈ ਤੁਸੀਂ ਕਿਤੇ ਸ਼ਿਕਾਇਤ ਕੀਤੀ ਅਫਸਰਾਂ ਨੂੰ ਨਹੀਂ ਜੀ ਅਸੀਂ ਕਿਤੇ ਨਹੀਂ ਮੈਂ ਤਾਂ ਤੇਲ ਬੋਲ ਗਿਆ ਹੁਣ ਆਏ ਅਫਸਰ ਇਹਨਾਂ ਨੂੰ ਸ਼ਿਕਾਇਤ ਕਰ ਰਹੇ ਹੋ ਤੁਸੀਂ ਹਾਂਜੀ ਮਾਰਕੀਟ ਕਮੇਟੀ ਦੇ ਦੌਰਾਨ ਹਾਂਜੀ ਸ਼ਿਕਾਇਤ ਆਈ ਹੈ ਬਲਜੀਤ ਜੀ ਤੁਹਾਨੂੰ ਕੋਈ ਇਧਰੋਂ ਸ਼ਿਕਾਇਤ ਹਾਂ ਅੱਜ ਹੁਣ ਇਹਨਾਂ ਨੇ ਦੱਸਿਆ ਇਸ ਮੁੱਲੇ ਦੇ ਵਿੱਚ ਆਏ ਆ ਇਹਨਾਂ ਨੇ ਦੱਸਿਆ ਕਿ ਜੋ ਰੇਟ ਦੇ ਵਿੱਚ ਉਹਨਾਂ ਨੂੰ ਮਤਲਬ ਜ਼ਿਆਦਾ ਆਪਣੇ ਸਬਜ਼ੀ ਵਾਲਿਆਂ ਨੇ ਮਹਿੰਗਾ ਲਾਇਆ ਕੀ ਤੁਸੀਂ ਬਿਆਨ ਲੈ ਕੇ ਕੀ ਕਾਰਵਾਈ ਹੈ ਤੁਸੀਂ ਜਦੋਂ ਉੱਥੋਂ ਤੋਰੇ ਆ ਸਬਜ਼ੀ ਉਦੋਂ ਉਹਨਾਂ ਨੇ ਰੇਟ ਲਿਸਟ ਵਗੈਰਾ ਲਾਈ ਸੀ ਕੋਈ ਹਾਂ ਜਦੋਂ ਅਸੀਂ ਸੁਬਾਹ ਉਹਨਾਂ ਨੂੰ ਗੱਡੀਆਂ ਨੂੰ ਪਾਸ ਦੇ ਕੇ ਇੱਧਰ ਭੇਜਿਆ ਸੀਗਾ ਵੱਖ ਵੱਖ ਵਾਰਡਾਂ ਦੇ ਵਿੱਚ ਤਾਂ ਉਹਨਾਂ ਦੇ ਸ਼ੀਸ਼ੇ ਦੇ ਸਾਹਮਣੇ ਅੰਦਰਲੇ ਪਾਸੇ ਅਸੀਂ ਡਿਸਪਲੇ ਰੇਟ ਦੀ ਲਿਸਟ ਚਸਪਾ ਕੀਤੀ ਸੀਗੀ ਅਤੇ ਇਸ ਰੇਟ ਬਕਾਇਦਾ ਉਹਨਾਂ ਨੂੰ ਦੱਸਿਆ ਸੀ ਕਿ ਇਸ ਤੋਂ ਜ਼ਿਆਦਾ ਜੇ ਕੋਈ ਪਾਏਗਾ ਜਾਂ ਜ਼ਿਆਦਾ ਮਹਿੰਗਾ ਵੇਚੂਗਾ ਉਹਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਪ੍ਰਸ਼ਾਸਨ ਵੱਲੋਂ ਬਲਜੀਤ ਜੀ ਅੱਜ ਗੱਲ ਕਰੀਏ ਤਾਂ ਕਿਹੜੇ ਕਿਹੜੇ ਇਧਰਲੇ ਪਾਸੇ ਡਿਊਟੀ ਕਿੰਨਾ ਦੀ ਲੱਗੀ ਹੋਈ ਸੀ ਸਬਜ਼ੀ ਵੇਚਣ ਤੇ ਸਬਜ਼ੀ ਵੇਚਣ ਤੇ ਜੋ ਇਧਰਲੇ ਪਾਸੇ ਉਹ ਲਿਸਟ ਆਪਣੀ ਇਹ ਆਪਣਾ 9 ਨੰਬਰ ਵਾਰਡ ਆ 9 ਨੰਬਰ ਦੇ ਵਾਰਡ ਦੇ 8 ਤੇ 9 ਆ ਜੀ ਸਾਂਝਾ ਵਾਰਡ ਆ ਜੀ ਹਾਂ ਉਹਦੀ ਲਿਸਟ ਮੈਂ ਤੁਹਾਨੂੰ ਦੇ ਦਿੰਦਾ ਜੋ ਅੱਜ ਗੱਡੀਆਂ ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਇਸੇ ਸਬਸਕ੍ਰਾਈਬ ਕਰ ਲੇ